ਹallo friends ਪੰਜਾਬ ਵਿੱਚ ਹੁਣ ਆਪਾਂ ਸ਼ਨੀਵਾਰਾਂ ਤੇ ਐਤਵਾਰ ਤੇ ਗਸਟੜ ਛੁੱਟੇ ਵਾਲੇ ਦਿਨ ਵੀ ਸਫ਼ਰ ਕਰ ਸਕਦੇ ਹਾਂ ਇਸ ਲਈ ਕਿ ਆਪਾਂ ਨੂੰ ਈ ਪਾਸ ਦੀ ਜ਼ਰੂਰਤ ਹੋਵੇਗੀ ਇਸ ਵੀਡੀਓ ਵਿੱਚ ਆਪਾਂ ਦੇਖਦੇ ਹਾਂ ਕਿ ਆਨਲਾਈਨ ਆਪਾਂ ਈ ਪਾਸ ਕਿਵੇਂ ਜਨਰੇਟ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਅ ਪਲੇ ਸਟੋਰ ਵਿੱਚੋਂ ਕੋਵਾ ਪੰਜਾਬ ਐਪ ਡਾਊਨਲੋਡ ਕਰਨੀ ਪਵੇਗੀ ਜਿਸ ਦਾ ਕਿ ਲਿੰਕ ਇਸ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ ਤੁਸੀਂ ਇਸ ਵਿੱਚੋਂ ਵੀ ਉਹ ਐਪ ਡਾਊਨਲੋਡ ਕਰ ਸਕਦੇ ਹੋ ਉਸ ਤੋਂ ਬਾਅਦ ਫਰਦਰ ਆਪਾਂ ਨੇ ਕੀ ਕੀ ਸਟੈਪ ਲੈਣੇ ਹਨ ਉਹ ਸਾਰੇ ਇਸ ਵੀਡੀਓ ਵਿੱਚ ਬਹੁਤ ਹੀ ਬਰੀਕੀ ਨਾਲ ਸਮਝਾਇਆ ਗਿਆ ਹੈ ਤੇ ਉਮੀਦ ਕਰਦਾ ਹਾਂ ਕਿ ਇਹ ਇਸ ਤਰੀਕੇ ਨਾਲ ਤੁਸੀਂ ਆਪਣਾ ਈ-ਪਾਸ ਖੁਦ ਜਨਰੇਟ ਕਰਕੇ ਆਪਣੇ ਸਫ਼ਰ ਤੇ ਜਾ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਦੋਸਤੋ ਆਪਾਂ ਪਲੇ ਸਟੋਰ ਵਿੱਚੋਂ ਕੋਆ ਐਪ ਡਾਊਨਲੋਡ ਕਰਾਂਗੇ ਤਾਂ ਜੋ ਆਪਣੇ ਪਾਰਟਿਕੂਲਰ ਭਰ ਕੇ ਨੇਮ ਤੇ ਆਪਣੇ ਮੋਬਾਈਲ ਨੰਬਰ ਭਰਨ ਤੋਂ ਬਾਅਦ ਆਪਾਂ ਇਸ ਨਾਲ ਸਾਈਨ ਅਪ ਹੋ ਸਕਦੇ ਹਾਂ ਪਰ ਮੇਰੇ ਫੋਨ ਦਿਖਾ ਰਿਹਾ ਹੈ ਕਿ ਮੈਂ ਪਹਿਲਾਂ ਹੀ ਸਾਈਨ ਅਪ ਹੋਇਆ ਹੋਇਆ ਹੈ ਤਾਂ ਇਸ ਕਰਕੇ ਮੈਂ ਨੇ ਸਿਰਫ ਸਾਈਨ ਇਨ ਕਰਕੇ ਹੀ ਇਸ ਐਪ ਵਿੱਚ ਅ ਐਂਟਰ ਕੀਤਾ ਹੈ ਤਾਂ ਇਹ ਸਾਰੇ ਇੰਟਰਫੇਸ ਤੁਸੀਂ ਦੇਖ ਰਹੇ ਹੋ ਇਹ ਸਾਰੇ ਆਪਾਂ ਨੈਕਸਟ ਨੈਕਸਟ ਕਰਨ ਤੋਂ ਬਾਅਦ ਅਗਲੇ ਸਟੈਪ ਤੇ ਚਲੇ ਜਾਵਾਂਗੇ ਤਾਂ ਜੋ ਆਪਾਂ ਕੋ ਐਪ ਡਾਊਨਲੋਡ ਕਰ ਸਕੀਏ ਤਾਂ ਇਸ ਐਪ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਅ ਜੋ ਨੰਬਰ ਦੇ ਰੱਖਿਆ ਹਨ ਡਿਜੀਟ ਜੋ ਆਪਣਾ ਡਾਟਾ ਚੱਲ ਰਿਹਾ ਹੈ ਪੰਜਾਬ ਦਾ ਕਰੰਟ ਉਹ ਸਾਰਾ ਸ਼ੋ ਹੋਏਗਾ ਇਸ ਦੇ ਨਾਲ ਹੀ ਤੁਹਾਨੂੰ ਐਪ ਵਿੱਚ ਸਭ ਤੋਂ ਪਹਿਲਾਂ ਉੱਪਰੋਂ ਆਪਣੀ ਲੋਕੇਸ਼ਨ ਤੇ ਆਪਣਾ ਬਲੂਟੁੱਥ ਜੋ ਹੈ ਕਿ ਉਹ ਜਨਰੇਟ ਕਰਨਾ ਪਵੇਗਾ ਔਨ ਕਰਨਾ ਪਵੇਗਾ ਤਾਂ ਇਸ ਤੋਂ ਬਾਅਦ ਤੁਸੀਂ ਲੈਫਟ ਸਾਈਡ ਤੇ ਦਿੱਤੇ 3 ਡਾਟਸ ਵਿੱਚੋਂ ਜਾ ਕੇ ਸੈਕੰਡ ਨੰਬਰ ਤੇ ਈ ਪਾਸ ਜਨਰੇਟ ਕਰ ਸਕਦੇ ਹੋ ਤਾਂ ਇਸ ਨੂੰ ਤੁਸੀਂ ਟੈਪ ਕਰੋ ਜਨਰੇਟ ਈ ਪਾਸ ਉਸ ਤੋਂ ਬਾਅਦ ਤੁਹਾਨੂੰ ਇਹ ਇੰਟਰਫੇਸ ਨਜ਼ਰ ਆਵੇਗਾ ਤੇ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੀ ਅ ਇਸ ਤੋਂ ਬਾਅਦ ਤੁਸੀਂ ਜਨਰੇਟ ਈ ਪਾਸ ਕਰਨ ਲਗੇ ਸਭ ਤੋਂ ਪਹਿਲਾਂ ਤਾਂ ਆਪਣਾ ਜੋ ਹੈ ਕਿ ਆਪਾਂ ਆਪਣੇ ਨਾਮ ਪਰਨੇ ਵਿੱਚ ਇਹ ਉਸ ਵਲਪਨੇ ਦੱਸਣਾ ਹੈ ਕਿ ਆਪਾਂ ਨੂੰ ਇਹ ਜੋ ਪਾਸ ਹੈ ਉਸ ਵਾਸਤੇ ਚਾਹੀਦਾ ਹੈ ਆਪਣੇ ਇੰਟਰ ਡਿਸਟਿਕ ਜਾਣਾ ਹੈ ਜਾਂ ਵਿਦਿਨ ਪੰਜਾਬ ਸਫਰ ਕਰਨਾ ਹੈ ਜਾਂ ਆਪਣੇ ਪੰਜਾਬ ਤੋਂ ਬਾਹਰ ਜਾਣਾ ਹੈ ਤੋ ਤਿੰਨ ਕੈਟਾਗਰੀਜ਼ ਹਨ ਤੁਸੀਂ ਕੋਈ ਵੀ ਕੈਟਾਗਰੀ ਆਪਣੇ ਸੌਲਤਰੇ ਅਨੁਸਾਰ ਸਿਲੈਕਟ ਕਰ ਸਕਦੇ ਹੋ ਤੇ ਉਸ ਨੂੰ ਟੈਪ ਕਰ ਸਕਦੇ ਹੋ ਫਿਰ ਤੁਸੀਂ ਆਪਣੀ ਡੇਟ ਜਿਸ ਡੇਟ ਨੂੰ ਤੁਸੀਂ ਸਫਰ ਕਰਨਾ ਹੈ ਉਹ ਤੁਸੀਂ ਐਂਟਰ ਕਰੋਗੇ ਡੇਟ ਕਰਨ ਤੋਂ ਬਾਅਦ ਤੁਹਾਡਾ ਨੇਮ ਆਏਗਾ ਨੇਮਤਵਾ ਤੁਹਾਡਾ ਤੁਹਾਡੀ ਆਪਣੀ ਫੋਟੋ ਇੱਥੇ ਤੁਹਾਨੂੰ ਆਪਣੀ ਲਗਾਨੀ ਪਣੀ ਹੈ ਉਹ ਆਪਾਂ ਬਾਅਦ ਵਿੱਚ ਦੇਖਦੇ ਹਾਂ ਕਿਵੇਂ ਹੋਏਗਾ ਤਾਂ ਉਹ ਤੁਹਾਡਾ ਸਫਰ ਕਰਨ ਦਾ ਜੋ ਰੀਜ਼ਨ ਹੈ ਉਹ ਕੀ ਹੈ ਜਾਨੀ ਕਿ ਮੈਂ ਇੱਥੇ ਭਰਿਆ ਹੈ ਕਿ ਮੈਡੀਕਲ ਐਮਰਜੈਂਸੀ ਹੈ ਤਾਂ ਤੁਸੀਂ ਕੁਝ ਸ਼ਬਦ ਦੇ ਹਿਸਾਬ ਨਾਲ ਕੁਝ ਵੀ ਆਪਾਂ ਭਰ ਸਕਦੇ ਹੋ ਤਾਂ ਉਹ ਵਾਹਨ ਕਿਹੜਾ ਹੈ ਮੇਰਾ ਵਾਹਨ 4-ਵੀਲਰ ਹੈ ਤਾਂ 4-ਵੀਲਰ ਮੈਂ ਆਪਣਾ ਐਂਟਰ ਕਰ ਦਿੱਤਾ ਹੈ ਉਸ ਤੋਂ ਉਸ ਦਾ ਨੰਬਰ ਜੋ ਕਿ 123 ਸਪੋਜ਼ ਮੈਂ ਇਸ ਚ ਫਾਰ ਐਗਜ਼ਾਮਪਲ ਫਿਲ ਕੀਤਾ ਉਸ ਤੋਂ ਕਰਨ ਤੋਂ ਬਾਅਦ ਕਿ ਆਪਣਾ ਜੋ オリジン ਹੈ ਆਪਾ ਜਾਣਾ ਕਿੱਥੋਂ ਹੈ ਉਸ ਜਗ੍ਹਾ ਦਾ ਤੁਹਾਡਾ ਆਪਣਾ ਡਿਸਟ੍ਰਿਕਟ ਤੇ ਉਹਦੀ ਤਹਿਸੀਲ ਵਗੈਰਾ ਤਾਂ ਉਹਦਾ ਐਡਰੈਸ ਲੋਕਲ ਐਡਰੈਸ ਜੋ ਵੀ ਹੈ ਤੁਸੀਂ ਉੱਥੇ ਆਪਣਾ ਉਹ ਆਰਾਮ ਨਾਲ ਫਿਲ ਕਰ ਸਕਦੇ ਹੋ ਤਾਂ ਆਪਾਂ ਨੇ ਇੱਥੇ ਫੋਰ ਐਗਜ਼ਾਮਪਲ ਡਿਸਟ੍ਰਿਕਟ ਲਈ ਆ ਕਿ ਆਪਾਂ ਨੇ ਸੰਗਰੂਰ ਤੋਂ ਆਪਾ ਜਾਣਾ ਚਾਹੁੰਦੇ ਹਾਂ ਤੇ ਉਸ ਸੰਗਰੂਰ ਵਿੱਚ ਕਿਹੜਾ ਪਾਰਟਿਕੂਲਰ ਏਰੀਆ ਹੈ ਤਾਂ ਉਹ ਆਪਾਂ ਸਪੋਜ਼ ਮੰਨ ਲਿਆ ਆਪਾਂ ਨੇ ਕਿ ਸੁਨਾਮ ਵਿੱਚ ਕੋਈ ਟੀਚਰ ਕਲੋਨੀ ਹੈ ਉਸ ਤੋਂ ਆਪਾਂ ਨੇ ਉਹ ਜਾਣਾ ਹੈ ਤੇ ਆਪਾਂ ਜਾਣਾ ਕਿੱਥੇ ਹੈ ਆਪਣਾ ਡੈਸਟੀਨੇਸ਼ਨ ਕਿਹੜਾ ਹੈ ਆਪਾਂ ਕਿਹੜੇ ਜ਼ਿਲ੍ਹੇ ਚ ਜਾਣਾ ਚਾਹੁੰਦੇ ਹਾਂ ਤਾਂ ਫੋਰ ਐਗਜ਼ਾਮਪਲ ਇੱਥੇ ਮੰਨ ਲੈਂਦੇ ਆ ਕਿ ਆਪਾਂ ਆ ਕਿ ਸੰਗਰੂਰ ਤੋਂ ਆਪਾਂ ਮੰਨ ਲਓ ਲੁਧਿਆਣਾ ਲੁਧਿਆਣਾ ਜਾਣਾ ਚਾਹੁੰਦੇ ਹਾਂ ਲੁਧਿਆਣਾ ਦੇ ਕਿਸ ਕਿਸ ਪਾਰਟਿਕੂਲਰ ਏਰੀਆ ਵਿੱਚ ਆਪਾਂ ਜਾਵਾਂਗੇ ਉਹ ਵੀ ਆਪਾਂ ਨੂੰ ਇੱਥੇ ਮੈਂਸ਼ਨ ਕਰਨਾ ਪਏਗਾ ਕਿ ਡਿਸਟ੍ਰਿਕਟ ਤੁਹਾਡਾ ਲੁਧਿਆਣਾ ਹੋ ਗਿਆ ਤੇ ਲੁਧਿਆਣਾ ਦੇ ਵਿੱਚ ਕਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਸਾਰੇ ਪਾਰਟਿਕੂਲਰ ਆਪਾਂ ਨੂੰ ਇੱਥੇ ਭਰਨੇ ਪੈਣਗੇ ਕਿ ਲੁਧਿਆਣਾ ਵਿੱਚ ਅਸੀਂ ਜਗਰਾਵਾਂ ਸ਼ਹਿਰ ਵਿੱਚ ਜਾਣਾ ਚਾਹੁੰਦੇ ਹਾਂ ਤੇ ਉੱਥੇ ਕਿਹੜੇ ਕੌਨਲੀਆਂ ਹੈ ਈਮਾਨ ਕੋਲੀ ਹੈ ਅਸੀਂ ਈਮਾਨ ਕੋਲੀ ਵਿੱਚ ਜਾਣਾ ਚਾਹੁੰਨੇ ਹਾਂ ਸੰਗਰੂਰ ਤੋਂ ਅਸੀਂ ਲੁਧਿਆਣਾ ਜਾਣਾ ਹੈ ਕ੍ਰੀਡਿਟ ਡੇਟ ਨੂੰ ਅਸੀਂ 13 6 2020 ਨੂੰ ਉੱਥੇ ਜਾਣਾ ਹੈ ਤੇ ਅਸੀਂ ਜਗਰਾਵ ਆ ਜਾਣਾ ਹੈ ਸਾਰਾ ਪੈਂਟ ਕਰਨ ਤੋਂ ਬਾਅਦ ਅਸੀਂ ਨਿਚੋਂ ਸਬਮਿਟ ਇਸ ਨੂੰ ਕਰਕੇ ਤੇ ਉਸ ਤੋਂ ਬਾਅਦ ਇਹ ਫੋਟੋ ਦੀ ਰਿਕੁਆਇਰਮੈਂਟ ਹੈ ਤਾਂ ਤੁਸੀਂ ਤੇ ਕੈਮਰੇ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਇਹ ਸਾਰੇ ਅਲਾਉ ਕਰਨ ਤੋਂ ਬਾਅਦ ਆਪਣੇ ਫੋਨ ਨੂੰ ਪਰਮਿਸ਼ਨ ਦੇਣੀ ਪੈਗੀ ਕਿ ਉਹ ਤੁਹਾਡੀ ਫੋਟੋ ਖਿੱਚ ਸਕੇ ਤੁਸੀਂ ਅਲਾਉ ਕਰੋਗੇ ਤਾਂ ਇਸ ਤੋਂ ਬਾਅਦ ਤੁਸੀਂ ਆਪਣੀ ਫੋਟੋ ਇੱਥੇ ਜੋ ਸਨ ਚਾਹੀਦੀ ਹੈ ਉਹ ਕਲਿੱਕ ਕਰਨ ਤੋਂ ਬਾਅਦ ਇੱਥੇ ਅਪਲੋਡ ਕਰ ਦੇਵੋ ਇਹ ਤੁਸੀਂ ਆਪਣੇ ਫੋਟੋ ਤੇ ਅਪਲੋਡ ਕਰ ਦੋਗੇ ਤਾਂ ਹੀ ਇਹ ਫੋਟ ਤੁਹਾਡੀ ਸਰਟੀਫਿਕੇਟ ਦੇ ਵਿੱਚ ਤੁਹਾਨੂੰ ਸ਼ੋ ਹੋਏਗੀ ਇਹ ਅਪਲੋਡ ਕਰਨ ਤੋਂ ਬਾਅਦ ਤੁਸੀਂ ਫਿਰ ਇਸ ਫੋਟੋ ਨੂੰ ਜੋ ਤੁਸੀਂ ਅਪਲੋਡ ਕਰ ਲਿਆ ਤਾਂ ਤੁਸੀਂ ਸਬਮਿਟ ਕਰਨ ਕਰੋਗੇ ਨੀਚੇ ਦੇਖੋ ਜਾ ਕੇ ਸਬਮਿਟ ਕਰਨ ਤੋਂ ਬਾਅਦ ਥੋੜਾ ਜਿਹਾ ਇਹ ਟਾਈਮ ਲægਾ 1-2 ਸੈਕਿੰਡ ਤੋਂ ਬਾਅਦ ਦੇਖੋ ਹਾਂਜੀ ਇਹ ਅੱਗੇ ਇੰਟਰਫੇਸ ਜੋ ਆ ਰਿਹਾ ਆਪਣੇ ਕੋਲੇ ਉਹ ਹੈ ਦੇਖੋ ਇਹ ਤੁਹਾਡਾ ਪੂਰਾ ਡੇਟ ਵਾਈਜ਼ ਕਿੱਥੋਂ ਕਿੱਥੇ ਜਾਣਾ ਹੈ ਤੇ ਕਿਹੜਾ ਵਹੀਕਲ ਹੈ ਵਹੀਕਲ ਦਾ ਟਾਈਪ ਆਫ ਨੰਬਰ ਵਹੀਕਲ ਦਾ ਸਾਰੇ ਕੁਝ ਹੋਣ ਤੋਂ ਬਾਅਦ ਤੁਸੀਂ ਵੀਓ ਕਰੋਗੇ ਤਾਂ ਤੁਹਾਡਾ ਇਹ ਸਰਟੀਫਿਕੇਟ ਜਨਰੇਟ ਹੋ ਗਿਆ ਹੈ ਇਹ ਸਾਰੇ ਪਾਰਟੀਕੂਲਰ ਜਿਹਾ ਪਰੇ ਸੇ ਹੋ ਹਨ ਤੇ ਤੁਸੀਂ ਹੁਣ ਇਸਾ ਪਰ ਆਪਣਾ ਆਰਾਮਣਾ ਕਰ ਸਕਦੇ ਹੋ ਦੋਸਤੋ ਇਸ ਨੂੰ ਆਪਣੇ ਮੋਬਾਈਲ ਵਿੱਚ ਸੇਫ ਰੱਖਣਾ ਹੈ ਤਾਂ ਜੋ ਅਥਾਰਟੀ ਨੂੰ ਤੁਸੀਂ ਇਹ ਦਿਖਾ ਸਕੋ ਕਿ ਮੈਨੇ ਸਰਟੀਫਿਕੇਟ ਮੇਰੇ ਕੋਲ ਹੈ ਤੇ ਮੈਂ ਜਨਰੇਟ ਕਰ ਲਿਆ ਹੈ ਆਪਣਾ ਬਲੂਟੂਥ ਔਰ ਆਪਣਾ ਲੋਕੇਸ਼ਨ ਆਪਣੇ ਔਨ ਰੱਖਣੀ ਹੈ ਥੈਂਕ ਯੂ ਵੀਡੀਓ ਪਸੰਦ ਆਵੇ ਤਾਂ ਦੋਸਤਾਂ ਨੂੰ ਸ਼ੇਅਰ ਕਰੋ ਥੈਂਕ ਯੂ